ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਵਿਸਕੀ ਦੀ ਇੱਕ ਦੁਰਲੱਭ ਬੋਤਲ 2.1 million ਪਾਊਂਡ ਯਾਨੀ ਕਿ ਕਰੀਬ 22 crore ਰੁਪਏ ਦੇ ਵਿੱਚ ਨਿਲਾਮ ਹੋਈ ਹੈ। ਇਹ ਕਿਸੇ ਬੋਲੀ ਦੇ ਵਿੱਚ ਵਿਕਣ ਵਾਲੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਵਿਸਕੀ ਹੈ। ਇਹ ਇੱਕ ਸਕੌਟਿਸ਼ ਵਿਸਕੀ ਹੈ। ਇਸ ਦੀ ਬੋਤਲ ਮਕੈਲਨ 1926 ਸਿੰਗਲ ਮਾਲਟ ਦੀ ਭਾਰੀ ਮੰਗ ਹੈ। ਇਸ ਦੀ ਬੋਲੀ ਸੋਥਬੀ ਕੰਪਨੀ ਨੇ ਸ਼ਨੀਵਾਰ ਨੂੰ ਕਰਵਾਈ। ਇਹ ਨਿਲਾਮੀ UK ਦੇ ਲੰਡਨ ਸ਼ਹਿਰ ਦੇ ਵਿੱਚ ਹੋਈ, ਜਿੱਥੇ ਇਹ ਬੋਤਲ ਪਹਿਲਾਂ ਲਾਏ ਅੰਦਾਜ਼ੇ ਨਾਲੋਂ ਦੁੱਗਣੇ ਭਾਅ ਦੇ ਵਿੱਚ ਵਿਕੀ। ਤੇ ਹੁਣ ਦੱਸਦੇ ਹਾਂ ਕਿ ਇਸ ਨੂੰ ਤਿਆਰ ਹੋਣ ਦੇ ਵਿੱਚ ਕਿੰਨੇ ਸਾਲ ਲੱਗੇ। ਇਸ ਬੋਲੀ ਦਾ ਪ੍ਰਬੰਧ ਕਰਾਉਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸਨੂੰ ਇਸ ਵਾਈਨ ਦੀ ਇੱਕ ਛੋਟੀ ਜਿਹੀ ਬੂੰਦ ਚੱਖਣ ਦੇ ਲਈ ਮਿਲੀ ਸੀ। ਜੋਨੀ ਫਿਓਲ ਨੇ AFP ਖਬਰ ਏਜੰਸੀ ਨੂੰ ਦੱਸਿਆ, ਸੋ ਆਈ ਟੇਸਟਡ, ਮੈਂ ਇਸ ਵਿੱਚੋਂ ਇੱਕ ਛੋਟੀ ਜਿਹੀ ਬੂੰਦ, ਬਿਲਕੁਲ ਛੋਟੀ ਬੂੰਦ ਦਾ ਸਵਾਦ ਚੱਕਿਆ ਸੀ। ਇਸ ਵਿੱਚ ਬਹੁਤ ਸਾਰੇ ਸੁੱਕੇ ਫਲ ਹਨ, ਜਿਵੇਂ ਕਿ ਤੁਸੀਂ ਆਸ ਰੱਖਦੇ ਹੋ। ਬਹੁਤ ਸਾਰਾ ਮਸਾਲਾ, ਲੱਕੜ ਦਾ ਸਵਾਦ। ਇਹ 60 ਸਾਲ ਇੱਕ ਹਨੇਰੇ ਯੂਰੋਪੀਅਨ ਓਕ ਵਿੱਚ ਰੱਖੀ ਹੋਈ ਸੀ। ਇਹ ਇੱਕ ਭਰਪੂਰ ਅਤੇ ਬੇਹੱਦ ਸ਼ਾਨਦਾਰ ਹੈ। 1986 ਦੇ ਵਿੱਚ ਇਸ ਦੀਆਂ ਬਸ 40 ਬੋਤਲਾਂ ਬਣੀਆਂ ਸਨ। ਕਿਸੇ ਨੇ ਸਹੀ ਕਿਹਾ ਕਿ ਸ਼ੌਕੀਨ ਲੋਕ ਮੋਹੋ ਮੰਗਿਆ ਮੁੱਲ ਦੇਣ ਦੇ ਲਈ ਤਿਆਰ ਰਹਿੰਦੇ ਨੇ। ਜਾਣਕਾਰੀ ਦੇ ਮੁਤਾਬਕ ਇਹ ਬੋਤਲਾਂ ਆਮ ਲੋਕਾਂ ਦੇ ਖਰੀਦਣ ਲਈ ਨਹੀਂ ਸਨ, ਬਲਕਿ ਇਹਨਾਂ ਵਿੱਚੋਂ ਕਈ ਬੋਤਲਾਂ ਮਕੈਲਨ ਦੇ ਚੋਟੀ ਦੇ ਗਾਹਕਾਂ ਨੂੰ ਦਿੱਤੀਆਂ ਗਈਆਂ ਸਨ। ਜਦੋਂ ਵੀ ਇਹਨਾਂ ਬੋਤਲਾਂ ਦੀ ਬੋਲੀ ਲੱਗਦੀ ਹੈ ਤਾਂ ਗਾਹਕ ਇਸਦਾ ਚੰਗਾ ਮੁੱਲ ਦੇਣ ਦੇ ਲਈ ਤਿਆਰ ਹੋ ਜਾਂਦੇ ਨੇ। ਅਜੇ ਇੱਕ ਬੋਤਲ 2019 ਦੇ ਵਿੱਚ 1.5 million ਪਾਉਂਡ ਦੀ ਵਿਕੀ ਸੀ। ਬੋਲੀ ਤੋਂ 1 ਮਹੀਨੇ ਪਹਿਲਾਂ ਫੋਇਲ ਨੇ ਕਿਹਾ ਸੀ ਕਿ ਮਕੈਲਨ 1926 ਅਜਿਹੀ ਵਿਸਕੀ ਹੈ ਜਿਸ ਨੂੰ ਕਿ ਹਰੇਕ ਬੋਲੀ ਕਰਵਾਉਣ ਵਾਲੀ ਕੰਪਨੀ ਵੇਚਣਾ ਚਾਹੁੰਦੀ ਹੈ ਅਤੇ ਸ਼ੌਕੀਨ ਲੋਕ ਇਸ ਨੂੰ ਖਰੀਦਣ ਦੇ ਲਈ ਕਾਲੇ ਨੇ। ਸੋਥਬੀ ਕੰਪਨੀ ਨੇ ਦੱਸਿਆ ਕਿ 1926 ਦੇ ਵਿੱਚ ਪੱਕਣ ਦੇ ਲਈ ਬੈਰਲ ਦੇ ਵਿੱਚ ਰੱਖੀ ਗਈ ਇਸ ਵਿਸਕੀ ਦੀਆਂ 40 ਬੋਤਲਾਂ ਉੱਤੇ ਵੱਖਰੇ ਵੱਖਰੇ ਲੇਬਲ ਲੱਗੇ ਸਨ। 2 ਬੋਤਲਾਂ ਉੱਤੇ ਕੋਈ ਵੀ ਲੇਬਲ ਨਹੀਂ ਸੀ। ਵੱਧ ਤੋਂ ਵੱਧ 14 ਬੋਤਲਾਂ ਨੂੰ ਸੁੰਦਰ ਦੁਰਲੱਭ ਲੇਬਲ ਲਾਏ ਗਏ ਸਨ ਅਤੇ 12 ਲੇਬਲ ਪੌਪ ਕਲਾਕਾਰ ਸਰ ਪੀਟਰ ਬਲੈਕ ਨੇ ਤਿਆਰ ਕੀਤੇ ਸਨ। 12 ਦੇ ਕਰੀਬ ਹੋਰ ਬੋਤਲਾਂ ਨੂੰ ਇਟਾਲੀਅਨ ਚਿੱਤਰਕਾਰ ਵੈਲੇਰੀਓ ਐਡਾਮੀ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ। ਸ਼ਨੀਵਾਰ ਨੂੰ ਨਿਲਾਮ ਹੋਣ ਵਾਲੀ ਬੋਤਲ ਇਹਨਾਂ ਵਿੱਚੋਂ ਹੀ ਇੱਕ ਸੀ। ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਇਹਨਾਂ 12 ਬੋਤਲਾਂ ਵਿੱਚੋਂ ਕਿੰਨੀਆਂ ਬੋਤਲਾਂ ਹਾਲੇ ਵੀ ਬਚੀਆਂ ਨੇ। ਇਹ ਕਿਹਾ ਜਾਂਦਾ ਹੈ ਕਿ ਇਹਨਾਂ ਵਿੱਚੋਂ ਇੱਕ ਬੋਤਲ 2011 ਦੇ ਵਿੱਚ ਜਾਪਾਨ ਦੇ ਵਿੱਚ ਆਏ ਭੂਚਾਲ 'ਚ ਨੁਕਸਾਨੀ ਗਈ ਸੀ। ਇਹ ਮੰਨਿਆ ਜਾਂਦਾ ਹੈ ਕਿ ਇਹਨਾਂ 12 ਬੋਤਲਾਂ ਵਿੱਚੋਂ ਘੱਟੋ ਘੱਟ 1 ਬੋਤਲ ਖੋਲ ਕੇ ਪੀਤੀ ਜਾ ਚੁੱਕੀ ਹੈ। ਨਿਲਾਮੀ ਕਰਵਾਉਣ ਵਾਲੀ ਕੰਪਨੀ ਸੋਥਬੀ ਦੇ ਮੁਤਾਬਕ ਇਹ ਅਜਿਹੀ ਵਿਸਕੀ ਹੈ ਜਿਸ ਦੀ ਭਾਰੀ ਮੰਗ ਰਹਿੰਦੀ ਹੈ। 2018 ਦੇ ਵਿੱਚ ਏਡਿਨਬਰਗ ਦੇ ਵਿੱਚ ਹੋਈ ਇੱਕ ਨਿਲਾਮੀ 'ਚ ਅਜਿਹੀ ਬੋਤਲ 8,48,000 ਪਾਉਂਡ ਦੇ ਵਿੱਚ ਵਿਕੀ ਸੀ।